ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਯੂਟਿਊਬ ਚੈਨਲ ਰੌਣਕੀ ਪੰਜਾਬ ਵਲੌਗ ਦੇ ਵਿੱਚ। ਅਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਸਮੋਸੇ। ਅਤੇ ਸਮੋਸੇ ਇੱਕ ਇਹੋ ਜਿਹੀ ਰੈਸਪੀ ਆ ਕਿ ਹਰ ਇੱਕ ਦੇ ਮੂੰਹ ਦੇ ਵਿੱਚ ਪਾਣੀ ਆਉਂਦਾ। ਸਮੋਸਿਆਂ ਦੇ ਲਈ ਸਭ ਤੋਂ ਪਹਿਲਾਂ ਆਪਾਂ ਮੈਦਾ ਲਿਆ, ਚੰਗੀ ਤਰ੍ਹਾਂ ਛਾਣ ਲੈਣਾ। ਆਪਾਂ ਕਿਲੋ ਇੱਕ ਮੈਦਾ ਲਿਆ ਵਾ, ਅਤੇ ਇਹਦੇ ਵਿੱਚ ਆਪਾਂ ਨਮਕ ਪਾਉਣਾ, ਸੇਂਦਾ ਨਮਕ ਡੇਢ ਚਮਚ, ਅਤੇ ਅਜਵਾਇਣ। ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਆਪਾਂ ਹੁਣ ਲਿਆ ਵਾ ਇੱਕ ਕਟੋਰੀ ਰਿਫਾਇੰਡ ਆਇਲ। ਇਹਨੂੰ ਆਟੇ ਦੇ ਵਿੱਚ ਮੌਣ ਪਾਉਣਾ ਕਹਿੰਦੇ ਆ। ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਤਰ੍ਹਾਂ ਮੁੱਠੀ ਬਣਨੀ ਚਾਹੀਦੀ ਆਪਣੇ ਮੈਦੇ ਦੀ। ਅਤੇ ਹੁਣ ਆਪਾਂ ਪਾਣੀ ਥੋੜ੍ਹਾ ਥੋੜ੍ਹਾ ਐਡ ਕਰਨਾ। ਪਾਣੀ ਬਿਲਕੁਲ ਨੋਰਮਲ ਲੈਣਾ, ਗਰਮ ਜਾਂ ਗੁਣਗੁਣਾ ਨਹੀਂ ਲੈਣਾ। ਲਓ ਜੀ, ਆਟੇ ਨੂੰ ਆਪਾਂ 10 ਕੁ ਮਿੰਟ ਰੈਸਟ 'ਤੇ ਰੱਖਣਾ। ਫਿਰ ਵੇਲ ਕੇ ਇਹਦੇ ਵਿੱਚ ਆਪਾਂ ਮਟੀਰੀਅਲ ਭਰਾਂਗੇ। ਉਨੀ ਦੇਰ ਆਪਾਂ ਆਲੂ ਜਿਹੜੇ ਆਪਾਂ ਬਣਾਏ ਆ ਉਹਨਾਂ ਦਾ ਮਸਾਲਾ ਆਪਾਂ ਤਿਆਰ ਕਰਦੇ ਹਾਂ। ਉਦੋਂ ਤੱਕ ਆਪਣੇ ਮਟਰ ਬੋਇਲ ਹੁੰਦੇ ਆ, ਆਪਾਂ ਆਪਦੀ ਦੂਸਰੀ ਤਿਆਰੀ ਕਰਦੇ ਹਾਂ, ਜਿਵੇਂ ਕਿ ਪਨੀਰ ਕੱਟਣਾ। ਦੋ ਵੱਡੇ ਪਿਆਜ਼ ਆਪਾਂ ਬਰੀਕ ਕੱਟ ਲਿਆ, 3-4 ਹਰੀਆਂ ਮਿਰਚਾਂ ਕੱਟ ਲਈਆਂ, ਆਲੂ ਆਪਾਂ ਆਪਣੇ ਬੋਇਲ ਕਰਕੇ ਅਤੇ ਛਿੱਲ ਲਏ ਆ ਚੰਗੀ ਤਰ੍ਹਾਂ। ਆਪਾਂ ਆਲੂਆਂ ਨੂੰ ਰੂਮ ਟੈਂਪਰੇਚਰ 'ਤੇ ਠੰਡੇ ਕਰਨਾ ਤਾਂ ਕਿ ਆਸਾਨੀ ਦੇ ਨਾਲ ਤੋੜੇ ਜਾ ਸਕਣ। ਜਦੋਂ ਆਪਾਂ ਗਰਮ ਆਲੂਆਂ ਦੇ ਵਿੱਚ ਨਮਕ ਮਿਰਚ ਪਾਉਂਦੇ ਆ ਨਾ, ਤਾਂ ਉਹ ਜਿਹੜਾ ਆ ਢਿੱਲੇ ਹੋ ਜਾਂਦੇ ਆ, ਪਾਣੀ ਜਿਹਾ ਛੱਡ ਜਾਂਦੇ ਆ। ਇਸ ਲਈ ਆਲੂਆਂ ਨੂੰ ਬਿਲਕੁਲ ਠੰਡੇ ਹੋਣ ਤੋਂ ਬਾਅਦ ਹੀ ਆਪਾਂ ਇਹਨਾਂ ਦੇ ਵਿੱਚ ਨਮਕ ਮਿਰਚ ਐਡ ਕਰਨਾ। ਚਲੋ ਜੀ, ਆਪਣਾ ਪਨੀਰ ਰਹਿ ਗਿਆ ਕੱਟਣ ਵਾਲਾ, ਆਪਾਂ ਕੱਟ ਲਈਏ। ਵਧੀਆ ਵਧੀਆ ਕੱਟਣਾ ਚਾਹੀਦਾ ਪਨੀਰ। ਵਧੀਆ ਕੱਟਾਂਗੇ, ਫਿਕਰ ਕਿਉਂ ਕਰਦੇ ਹੋ ਮਾਲਕੋ। ਵੇਖੋ, ਮਟਰ ਆਪਣੇ ਜਿਹੜੇ ਆ ਉਹ ਚੰਗੀ ਤਰ੍ਹਾਂ ਬੋਇਲ ਹੋਣੇ ਸ਼ੁਰੂ ਹੋ ਗਏ ਆ, ਅਤੇ ਇਹਨਾਂ ਨੂੰ 2 ਮਿੰਟ ਤੱਕ ਆਪਾਂ ਇਸੇ ਤਰ੍ਹਾਂ ਨਰਮ ਹੋਣ ਤੱਕ ਬੋਇਲ ਕਰਨਾ। ਜਦੋਂ ਤੱਕ ਆਪਣੇ ਮਟਰ ਠੰਡੇ ਹੁੰਦੇ ਆ, ਅਤੇ ਆਪਾਂ ਹਰੀ ਚਟਨੀ ਦੇ ਲਈ ਪੁਦੀਨਾ ਜਿਹੜਾ ਡੋਂਗ ਲਈਏ, ਅਤੇ ਹਰੀ ਚਟਨੀ ਤਿਆਰ ਕਰ ਲਈਏ। ਜਿਹੜੀ ਇਮਲੀ ਦੀ ਚਟਨੀ ਆ ਉਹ ਅਸੀਂ ਅੱਜ ਸਵੇਰੇ ਤਿਆਰ ਕਰ ਲਈ ਆ, ਉਹਦੀ ਵੀਡੀਓ ਆਪਾਂ ਕਿਸੇ ਦਿਨ ਫੇਰ ਸ਼ੇਅਰ ਕਰਾਂਗੇ। ਅੱਜ ਮੇਰੇ ਕੋਲ ਥੋੜ੍ਹਾ ਜਿਹਾ ਟਾਈਮ ਘੱਟ ਸੀਗਾ, ਅਤੇ ਇਸ ਲਈ ਮੈਂ ਸੁਬਹਾ ਜਲਦੀ ਉੱਠ ਕੇ 5 ਵਜੇ ਹੀ ਚਟਨੀ ਜਿਹੜੀ ਉਹ ਬਣਾ ਲਈ। ਉਦੋਂ ਤੱਕ ਕੋਈ ਅੱਜ ਛੁੱਟੀ ਕਰਕੇ ਉੱਠਿਆ ਨਹੀਂ ਸੀ, ਨਹੀਂ ਤਾਂ ਅੱਜ ਉਹ ਚਟਨੀ ਦਾ ਵੀ ਆਪਾਂ ਸ਼ੂਟ ਕਰ ਲੈਣਾ ਸੀ। ਜਿਹੜਾ ਪੁਦੀਨਾ ਉਹ ਆਪਾਂ ਚੰਗੀ ਤਰ੍ਹਾਂ ਡੋਂਗ ਲੈਣਾ।
नमक इमली का पानी एक कौली पुनके पावांगे हुण इहनूं ब्लेंडर कर देना हरी चटनी बन के तैयार आपा आलूआं दी पीठी जिहड़ी है तैयार कर लईए जिहड़ा समोसिआं दे विच मटीरियल भरना इन्हां नूं आपां थोड़े जिहे तोड़ लईए एक बार हुण इहदे विच मसाले ऐड करांगे जीरा अनारदाना कसूरी मेथी उबले हुए हरे मटर ये आपां पाइया दाणे ले आमचूर पाउडर ते सुके मसाले सुखा धनिया काली मिर्च इन्हां नूं दरदरा कुट के पाउणा थोड़ा जिहा 1 इंच आपां अदरक दा टुकड़ा जिहड़ा बरीक कट लिया ये भी ऐड कर देना ते कुटिया होया मसाला सेंधा नमक स्वाद अनुसार पाउणा आपां इत्थे 2 चम्मच पाए फिर चैक करके आपां दी लोड़ पई होर पा लाँ लाल मिर्च 1 चम्मच बस मिर्च ज़्यादा तेज नहीं आपां पाउणे ते इत्थे आपां बरीक कट्टे हुए 2 प्याज ते हरी मिर्च भी पाउणी आ इसलिए लाल मिर्च घट ऐड करनी आ ते पनीर सारे मसालों को चंगी तरह रला लेना आपां चकले नूं ते जिहड़ा वेलण आ उहनूं आपां चंगी तरह जिहड़ा रिफाइंड ला के ग्रीस कर लेना ते आटे दे उपर वी आपां इक वार थोड़ा जिहा रिफाइंड ला देना ते आपां उहदे तों छोटे छोटे पेड़े जिहड़े आ तोड़ लैणे आ जिन्ना कु आपां रोटी दा पेड़ा बणाउंदे आ ना बस ओडा कु पेड़ा जां उहदों थोड़ा छोटा वी बणा सकदे आ जिड्डा कु तुसीं समोसे दा साइज़ बणाउणा चाहुंदे हो उस हिसाब नाल इक पेड़ा तुसीं तोड़ लैणा फिर उहनूं आपां थोड़ा जिहा हाथ दे नाल वधा के फिर आपां इहनूं बेलणे दे नाल हुण बेलांगे उदों तक अपना जिहड़ा तेल आ कढ़ाई दा उह मीडियम फ्लेम ते गर्म हो रिहा उहनूं हाई फ्लेम ते बिल्कुल आपां गर्म नहीं करना ते समोसे तलण वेले वी आपां मीडियम फ्लेम ते तलणे आ उहदे नाल उहदे विच जिहड़ा तेल आ उह अबजॉर्ब नहीं हुंदा हुण आपां इहनूं इक रोटी वांगू वेल लिया गोल रोटी दे साइज़ दा ही वेल लेना आपां वेलन तो बाद इहनूं आपां चाकू दे नाल सेंटर दे विच्चों 2 हिस्से इहदे कर लेने आ बिल्कुल इक्को जे 2 हिस्से दे विच आपां इहनूं वंड लिया फिर एक हिस्से नूं चक के आपां उंगलां दे उपर घुमाउंदे होए ते इहदे तिन्ना जिहड़े आ 2 कॉर्नर आ इहनां दे उपर आपां पानी लाउणा हल्का जिहा बंद करन दे लई मैदे नूं जोड़न दे लई इदां पानी बना के आपां कोन शेप दा जिहड़ा समोसा उह तैयार कर लेना
ਤੇ ਹੁਣ ਆਪਣੀ ਜਿਹੜੀ ਫਿਲਿੰਗ ਆ ਬਣਾਈ ਹੋਈ ਉਹ ਪੀਠੀ ਭਰਨੀ ਹੈ। ਅਸੀਂ ਸਮੋਸਿਆਂ ਦਾ ਜਿਹੜਾ ਸਾਈਜ਼ ਆ ਉਹ ਬਹੁਤ ਜ਼ਿਆਦਾ ਵੱਡਾ ਨਹੀਂ ਬਣਾਉਂਦੇ ਕਿਉਂਕਿ ਜਿਹੜੇ ਬੱਚੇ ਆ ਉਹ ਫਿਰ ਵੇਸਟ ਕਰਦੇ ਆ ਜੇ ਜ਼ਿਆਦਾ ਵੱਡਾ ਹੁੰਦਾ ਤਾਂ। ਅਤੇ ਮੀਡੀਅਮ ਜਿਹਾ ਸਾਈਜ਼ ਆਪਾਂ ਸਮੋਸੇ ਦਾ ਬਣਾਉਂਦੇ ਹਾਂ ਉਹ ਸੋਹਣਾ ਵੀ ਲੱਗਦਾ ਅਤੇ ਮਤਲਬ ਕਿ ਦੋ ਸਮੋਸੇ ਸਫੀਸ਼ੈਂਟ ਆ ਇੱਕ ਜਣੇ ਲਈ। ਦੇਖੋ ਬਹੁਤ ਵਧੀਆ ਸ਼ੇਪ ਜਿਹੜੀ ਸਮੋਸੇ ਦੀ ਆਈ ਆ ਤੁਸੀਂ ਦੇਖ ਸਕਦੇ ਹੋ। ਇਸੇ ਤਰ੍ਹਾਂ ਹੀ ਆਪਾਂ ਦੂਜਾ ਜਿਹੜਾ ਹਿੱਸਾ ਵਾ ਉਹਨੂੰ ਵੀ ਲੈਣਾ ਅਤੇ ਉਹਦਾ ਵੀ ਕੋਣ ਬਣਾ ਕੇ ਉਹਦੇ ਵਿੱਚ ਵੀ ਆਪਾਂ ਆਲੂਆਂ ਦੀ ਜਿਹੜੀ ਪੀਠੀ ਆ ਫੀਲਿੰਗ ਆ ਉਹ ਆਪਾਂ ਭਰ ਲੈਣੀ ਆ। ਸਾਰੇ ਸਮੋਸਿਆਂ ਨੂੰ ਆਪਾਂ ਇਸੇ ਤਰ੍ਹਾਂ ਹੀ ਭਰ ਕੇ ਤਿਆਰ ਕਰ ਲੈਣਾ ਅਤੇ ਫਿਰ ਆਪਾਂ ਮੀਡੀਅਮ ਫਲੇਮ 'ਤੇ ਇਹਨਾਂ ਨੂੰ ਫਰਾਈ ਕਰਨਾ। ਹੁਣ ਆਪਾਂ ਜਿਹੜਾ ਤੇਲ ਆਪਣਾ ਉਹਨੂੰ ਚੈੱਕ ਕਰ ਲੈਣਾ ਆਪਾਂ ਥੋੜ੍ਹਾ ਜਿਹਾ ਆਪਾਂ ਆਟੇ ਦੀ ਗੋਲੀ ਬਣਾ ਕੇ ਵੀ ਇਹ ਤੇਲ ਗਰਮ ਹੋਇਆ ਜਾਂ ਨਹੀਂ। ਜੇ ਗੋਲੀ ਇੱਕਦਮ ਉੱਪਰ ਆਉਂਦੀ ਹੈ ਇਟ ਮੀਨਸ ਆਪਣਾ ਤੇਲ ਪਰਫੈਕਟ ਗਰਮ ਆ, ਸਮੋਸੇ ਤਲਣ ਦੇ ਲਈ ਬਿਲਕੁਲ ਰੈਡੀ ਆ। ਤਾਂ ਹੁਣ ਆਪਾਂ ਇੱਕ ਇੱਕ ਕਰਕੇ ਉਹਦੇ ਵਿੱਚ ਸਮੋਸਾ ਐਡ ਕਰਾਂਗੇ। ਦੇਖੋ ਐਡ ਕਰਦਿਆਂ ਸਾਰੀ ਬਬਲਸ ਜਿਹੜੇ ਆ ਉੱਪਰ ਆ ਰਹੇ ਆ ਤੇਲ ਦੇ, ਇਟ ਮੀਨਸ ਤੇਲ ਜਿਹੜਾ ਆਪਣਾ ਉਹ ਸਮੋਸੇ ਤਲਣ ਲਈ ਬਿਲਕੁਲ ਸਹੀ ਗਰਮ ਆ। ਤਾਂ ਇੱਥੇ ਆਪਾਂ ਜਿਹੜਾ ਗੈਸ ਦਾ ਫਲੇਮ ਆ ਉਹ ਬਿਲਕੁਲ ਮੀਡੀਅਮ ਟੂ ਲੋਅ ਕਰਨਾ ਤਾਂ ਕਿ ਜਿਹੜਾ ਉਹ ਸਮੋਸਾ ਚੰਗੀ ਤਰ੍ਹਾਂ ਵਿੱਚੋਂ ਵੀ ਪੱਕ ਸਕੇ ਅਤੇ ਉੱਪਰੋਂ ਵੀ ਕ੍ਰਿਸਪੀ ਬਣ ਸਕੇ, ਰੜ ਸਕੇ, ਉਹਦੇ ਨਾਲ ਤੇਲ ਵੀ ਅਬਜ਼ੋਰਬ ਨਹੀਂ ਹੁੰਦਾ। ਤੁਸੀਂ ਜ਼ਰੂਰ ਇੱਕ ਵਾਰੀ ਇੱਦਾਂ ਟਰਾਈ ਕਰਕੇ ਦੇਖਿਓ, ਤੁਸੀਂ ਆਪ ਦੇਖੋਗੇ ਕਿ ਬਹੁਤ ਵਧੀਆ ਸਮੋਸੇ ਬਣਦੇ ਆ, ਬਿਲਕੁਲ ਡਰਾਈ। ਤੁਸੀਂ ਦੇਖਣਾ ਕਿ ਮੈਂ ਜਿਹੜੇ ਟਿਸ਼ੂ ਪੇਪਰ ਦੇ ਉੱਪਰ ਇਹਨਾਂ ਨੂੰ ਕੱਢਣਾ ਉਹ ਵੀ ਬਿਲਕੁਲ ਆਇਲੀ ਨਹੀਂ ਹੁੰਦਾ। ਤਾਂ ਇਹੋ ਜਿਹਾ ਸਮੋਸਾ ਜੇ ਤੁਸੀਂ ਜ਼ਿਆਦਾ ਵੀ ਖਾ ਲਓਗੇ ਤਾਂ ਯਕੀਨ ਮੰਨਿਓ ਕਿ ਤੁਹਾਨੂੰ ਕਦੀ ਵੀ ਗੈਸ ਤੇਜ਼ਾਬ ਵਗੈਰਾ ਕੁਛ ਨਹੀਂ ਬਣਾਏਗਾ, ਕਿਉਂਕਿ ਆਪਾਂ ਤੁਹਾਡੇ ਸਾਹਮਣੇ ਬਿਲਕੁਲ ਹਾਈਜੀਨਿਕ ਤਰੀਕੇ ਦੇ ਨਾਲ ਵਧੀਆ ਸਮਾਨ ਆਪਾਂ ਲੈ ਕੇ ਗੁੱਡ ਕੁਆਲਿਟੀ ਦਾ ਵਧੀਆ ਯੂਜ਼ ਕੀਤਾ ਵਾ, ਸਾਫ਼ ਸੁਥਰਾ ਬਣਾਇਆ ਤਾਂ ਉਹ ਆਪਣੇ ਲਈ ਵਧੀਆ ਵਾ। ਬਾਕੀ ਜਿਹੜਾ ਤੁਸੀਂ ਆਪ ਬਣਾ ਕੇ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਮੋਸੇ ਕਿਸ ਤਰ੍ਹਾਂ ਦੇ ਲੱਗੇ, ਅਤੇ ਇਹ ਸਾਡੇ ਲਈ ਬਹੁਤ ਹੌਸਲਾ ਅਫਜਾਈ ਵਾਲਾ ਕੰਮ ਹੋਊਗਾ ਜੇ ਤੁਸੀਂ ਵੀਡੀਓ ਤੋਂ ਇੱਕ ਲਾਈਕ ਅਤੇ ਕਮੈਂਟ ਕਰੋਗੇ। ਤਾਂ ਹੁਣ ਦੇਖੋ ਆਪਣੇ ਸਮੋਸੇ ਬਿਲਕੁਲ ਗੋਲਡਨ ਬਰਾਊਨ ਹੋਣ 'ਤੇ ਰੜ ਚੁੱਕੇ ਆ ਅਤੇ ਆਪਾਂ ਇਹਨਾਂ ਨੂੰ ਦੇਖੋ ਟਿਸ਼ੂ ਪੇਪਰ ਦੇ ਉੱਪਰ ਕੱਢਿਆ, ਟਿਸ਼ੂ ਪੇਪਰ ਵੀ ਬਿਲਕੁਲ ਡਰਾਈ ਆ, ਕਿਸੇ ਕਿਸਮ ਦਾ ਕੋਈ ਆਇਲ ਨਹੀਂ ਆ। ਹੁਣ ਫਾਈਨਲ ਸਟੈਪ ਆ ਜੀ ਆਪਣਾ ਪਲੇਟ ਸਜਾਉਣ ਦਾ। ਤਾਂ ਆਪਾਂ ਇੱਕ ਪਲੇਟ ਦੇ ਵਿੱਚ ਦੋ ਸਮੋਸੇ ਲਏ ਆ, ਉਹਨਾਂ ਨੂੰ ਦੇਖੋ ਤੋੜ ਕੇ ਦੋਨਾਂ ਨੂੰ ਆਪਾਂ ਇਹਨੂੰ ਚੰਗੀ ਤਰ੍ਹਾਂ ਸਰਵ ਕਰਨ ਦੇ ਲਈ ਤਿਆਰ ਕਰਾਂਗੇ। ਇਹਦੇ ਉੱਪਰ ਅਸੀਂ ਜਿਹੜੇ ਵਾਈਟ ਚਨੇ ਦੀ ਸਬਜ਼ੀ ਬਣਾਈ ਆ ਉਹ ਪਾਵਾਂਗੇ। ਦੇਖੋ ਉਹਦੇ ਉੱਪਰ ਰੈੱਡ ਸੌਸ ਜਿਹੜੀ ਇਮਲੀ ਦੀ ਚਟਨੀ ਉਹ ਵੀ ਮੈਂ ਅੱਜ ਸੁਬਹ ਹੀ ਤਿਆਰ ਕੀਤੀ ਆ, ਥੋੜ੍ਹੀ ਜਿਹੀ ਇਹ ਉੱਪਰੋਂ ਦੀ ਪਾ ਕੇ ਸਵਾਦ ਦੇ ਅਨੁਸਾਰ ਆਪਾਂ ਇਹਦੇ ਵਿੱਚ ਦਹੀਂ ਐਡ ਕਰਾਂਗੇ। ਦਹੀਂ ਬਿਲਕੁਲ ਆਪਸ਼ਨਲ ਆ, ਜਿਹੜੇ ਦਹੀਂ ਨੂੰ ਨਹੀਂ ਪਸੰਦ ਕਰਦੇ ਉਹ ਨਾ ਵੀ ਪਾਉਣ, ਉਸ ਤਰ੍ਹਾਂ ਵੀ ਬਹੁਤ ਵਧੀਆ ਲੱਗਦੇ ਆ। ਅਤੇ ਹਰੀ ਚਟਨੀ ਉੱਪਰ ਦੀ ਗਾਰਨਿਸ਼ ਕਰਾਂਗੇ। ਅਤੇ ਇੱਕ ਆਪਾਂ ਸਨੈਕ ਪਲੇਟ ਦੀ ਇੱਕ ਸਾਈਡ 'ਤੇ ਕੱਚਾ ਪਿਆਜ਼ ਰੱਖ ਕੇ ਅਤੇ ਹਰੀਆਂ ਮਿਰਚਾਂ ਰੱਖ ਕੇ ਇਹਨਾਂ ਨੂੰ ਸਰਵ ਕਰਨ ਦੇ ਲਈ ਪਲੇਟ ਬਿਲਕੁਲ ਰੈਡੀ ਆ। ਤਾਂ ਤੁਸੀਂ ਵੀ ਜ਼ਰੂਰ ਬਣਾਇਓ ਅਤੇ ਸਾਨੂੰ ਦੱਸਿਓ ਕਿਸ ਤਰ੍ਹਾਂ ਦੇ ਸਮੋਸਾ ਚਨਾ ਚਾਟ ਬਣ ਕੇ ਬਿਲਕੁਲ ਤਿਆਰ ਆ। ਤੁਹਾਨੂੰ ਸਾਡੀ ਅੱਜ ਦੀ ਇਹ ਰੈਸਪੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਸਾਡੇ ਚੈਨਲ ਰੌਣਕੀ ਪੰਜਾਬ ਅਤੇ ਰੌਣਕੀ ਪੰਜਾਬ ਵਲੌਗ ਉਹਨਾਂ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਬਹੁਤ ਬਹੁਤ ਸ਼ੁਕਰੀਆ।